ਵਿਆਹ ਤੋਂ ਬਾਅਦ ਜ਼ਿੰਦਗੀ ਬਹੁਤ ਜ਼ਿਆਦਾ ਬਦਲ ਜਾਂਦੀ ਹੈ। ਕਈਆਂ ਦੀ ਜ਼ਿੰਦਗੀ 'ਚ ਬਹੁਤ ਖੁਸ਼ੀਆਂ ਆਉਂਦੀਆਂ ਨੇ ਔਰ ਕਈ ਸਮਝਦੇ ਨੇ ਕਿ ਵਿਆਹ ਕਰਕੇ ਤਾਂ ਫਸ ਗਏ ਹਾਂ। ਔਰ ਜੇਕਰ ਗੱਲ ਕਰੀਏ ਅਸੀਂ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੀ, ਇਹ ਦੋਨੋਂ ਕਾਫੀ ਜ਼ਿਆਦਾ ਇੰਜੋਏ ਕਰ ਰਹੇ ਨੇ। ਕਦੇ ਟਿਕਟੋਕ 'ਤੇ ਵੀਡੀਓ ਅਪਲੋਡ ਕਰਦੇ ਨੇ ਅਤੇ ਕਦੀ ਯੁਵਰਾਜ ਡਰਾ ਦਿੰਦੇ ਨੇ ਮਾਨਸੀ ਨੂੰ। ਸੋ ਖੁਦ ਵੀ ਦੇਖੋ ਵੀਡੀਓ ਜਿਸ ਦੇ ਵਿੱਚ ਮਾਨਸੀ ਸ਼ਰਮਾ ਨੂੰ ਡਰਾਇਆ ਗਿਆ ਉਹਨਾਂ ਦੇ ਹਸਬੈਂਡ ਯੁਵਰਾਜ ਦੇ ਵੱਲੋਂ।